ਕੌਮੀ ਖੇਡ ਹਾਕੀ ਵਿੱਚ ਪੰਜਾਬੀਆਂ ਦਾ ਹਮੇਸ਼ਾ ਇੱਕ ਵੱਡਾ ਯੋਗਦਾਨ ਰਿਹਾ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਜਦੋਂ ਪੰਜਾਬ ਦੇ ਖਿਡਾਰੀ ਵੱਡੀ ਗਿਣਤੀ ਵਿੱਚ ਭਾਰਤੀ ਕੌਮੀ ਹਾਕੀ ਟੀਮ ਦਾ ਹਿੱਸਾ ਬਣੇ ਤਾਂ ਉਸ ਵੇਲੇ ਹਾਕੀ ਟੀਮ ਵਿਸ਼ਵ ਪੱਧਰ ਉੱਤੇ ਕਾਮਯਾਬੀ ਦੇ ਦੌਰ ਵਿੱਚੋਂ ਲੰਘ ਰਹੀ ਸੀ। ਜਿਵੇਂ ਜਿਵੇਂ ਪੰਜਾਬੀਆਂ ਦੀ ਕੌਮੀ ਖੇਡ ਹਾਕੀ ਦੀ ਰਾਸ਼ਟਰੀ ਟੀਮ ਵਿੱਚ ਗਿਣਤੀ ਕੁਝ ਘਟੀ ਤਾਂ ਹਾਕੀ ਦੀ ਖੇਡ ਵਿੱਚ ਭਾਰਤ ਦਾ ਪ੍ਰਦਰਸ਼ਨ ਵੀ ਪ੍ਰਭਾਵਿਤ ਹੋਇਆ। ਪਰ ਮੌਜੂਦਾ ਸਮੇਂ ਭਾਰਤੀ ਹਾਕੀ ਟੀਮ ਇੱਕ ਵਾਰ ਫਿਰ ਪੁਰਾਣੇ ਸਮਿਆਂ ਨੂੰ ਬਹਾਲ ਕਰਨ ਵੱਲ ਵੱਧਦੀ ਹੋਈ ਨਜ਼ਰ ਆਉਂਦੀ ਹੈ। 올림픽 ਖੇਡਾਂ ਵਿੱਚ ਮੈਡਲ ਜਿੱਤਣਾ ਅਤੇ ਉਸ ਤੋਂ ਬਾਅਦ ਲਗਾਤਾਰ ਪ੍ਰਾਪਤੀਆਂ ਕਰਨਾ ਇਸੇ ਗੱਲ ਦਾ ਗਵਾਹ ਹੈ ਅਤੇ ਇਸੇ ਸਮੇਂ ਦੌਰਾਨ ਭਾਰਤੀ ਹਾਕੀ ਟੀਮ ਵਿੱਚ ਪੰਜਾਬੀਆਂ ਦੀ ਸ਼ਮੂਲੀਅਤ ਵੀ ਭਰਵੀਂ ਨਜ਼ਰ ਆਉਣ ਲੱਗੀ ਹੈ ਅਤੇ ਇਹਨਾਂ ਖਿਡਾਰੀਆਂ ਵਿੱਚੋਂ ਹੀ ਇੱਕ ਹੈ ਹਰਮਨਪ੍ਰੀਤ ਸਿੰਘ, ਜੋ ਕਿ ਇਸ ਵੇਲੇ ਭਾਰਤ ਦੀ ਰਾਸ਼ਟਰੀ ਹਾਕੀ ਟੀਮ ਦੀ ਕਪਤਾਨੀ ਕਰ ਰਿਹਾ ਹੈ ਅਤੇ ਜਿਸ ਦੀ ਕਪਤਾਨੀ ਵਿੱਚ ਭਾਰਤੀ ਟੀਮ ਨੇ ਏਸ਼ੀਅਨ ਚੈਂਪੀਅਨਸ ਟਰੋਫੀ ਦਾ ਖਿਤਾਬ ਵੀ ਜਿੱਤਿਆ। ਅੱਜ ਦੇ ਇਸ ਵਿਸ਼ੇਸ਼ ਵੀਡੀਓ ਵਿੱਚ ਆਓ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਭਾਰਤੀ ਹਾਕੀ ਟੀਮ ਦੇ ਮੌਜੂਦਾ ਕਪਤਾਨ ਹਰਮਨਪ੍ਰੀਤ ਸਿੰਘ ਦੇ ਖੇਡ ਜੀਵਨ ਅਤੇ ਹੁਣ ਤੱਕ ਦੇ ਸਫ਼ਰ ਬਾਰੇ। ਹਾਕੀ ਦੁਨੀਆ ਦੇ ਸ਼ਾਨਦਾਰ ਡਰੈਗ ਫਲਿਕਰ ਖਿਡਾਰੀਆਂ ਵਿੱਚੋਂ ਇੱਕ ਮੰਨੇ ਜਾਂਦੇ ਹਰਮਨਪ੍ਰੀਤ ਸਿੰਘ ਨੂੰ ਮੌਜੂਦਾ ਸਮੇਂ ਭਾਰਤੀ ਹਾਕੀ ਟੀਮ ਦਾ ਥੰਮ ਮੰਨਿਆ ਜਾਂਦਾ ਹੈ। ਭਾਰਤੀ ਟੀਮ ਦੀਆਂ ਬਹੁਤੀਆਂ ਆਸਾਂ ਉਹਨਾਂ ਦੇ ਪ੍ਰਦਰਸ਼ਨ ਉੱਪਰ ਹੀ ਟਿਕੀਆਂ ਨਜ਼ਰ ਆਉਂਦੀਆਂ ਨੇ। ਹਰਮਨਪ੍ਰੀਤ ਸਿੰਘ ਇੱਕੋ ਇੱਕ ਭਾਰਤੀ ਖਿਡਾਰੀ ਨੇ ਜਿਨ੍ਹਾਂ ਨੇ ਦੋ ਵਾਰ FIH ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਦਾ ਸਰਬੋਤਮ ਖਿਡਾਰੀ ਬਣਨ ਦਾ ਮਾਣ ਹਾਸਲ ਕੀਤਾ ਹੈ। ਸਾਲ 2022 ਦੀਆਂ ਬਰਮਿੰਗਮ ਰਾਸ਼ਟਰਮੰਡਲ ਖੇਡਾਂ ਦੇ ਪ੍ਰਦਰਸ਼ਨ ਅਤੇ ਉਸ ਤੋਂ ਬਾਅਦ 2021-22 ਦੀ FIH ਪ੍ਰੋ ਲੀਗ ਵਿੱਚ ਕੀਤੇ ਪ੍ਰਦਰਸ਼ਨ ਤੋਂ ਬਾਅਦ ਹਰਮਨਪ੍ਰੀਤ ਸਿੰਘ ਨੂੰ ਇਹ ਵਕਾਰੀ ਸਨਮਾਨ ਮਿਲਿਆ ਸੀ। ਹਰਮਨਪ੍ਰੀਤ ਸਿੰਘ ਨੂੰ ਇਸ ਸਾਲ ਜਨਵਰੀ ਮਹੀਨੇ ਭੁਵਨੇਸ਼ਵਰ ਅਤੇ ਰਾਉਰਕੇਲਾ ਵਿੱਚ ਹੋਏ ਹਾਕੀ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦੀ ਕਮਾਨ ਸੌਂਪੀ ਗਈ ਸੀ। ਡਰੈਗ ਫਲਿਕਰ ਵਜੋਂ ਪੈਨਲਟੀ ਕਾਰਨਰ ਜ਼ਰੀਏ ਗੋਲ ਕਰਨ ਦੇ ਨਾਲ ਨਾਲ ਹਰਮਨਪ੍ਰੀਤ ਸਿੰਘ ਭਾਰਤੀ ਡਿਫੈਂਸ ਲਈ ਵੀ ਇੱਕ ਅਹਿਮ ਖਿਡਾਰੀ ਬਣ ਕੇ ਉੱਭਰਦੇ ਨੇ, ਜਿਨ੍ਹਾਂ ਉੱਪਰ ਟੀਮ ਕਾਫੀ ਭਰੋਸਾ ਕਰਦੀ ਹੈ। ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਬਸਤੀ ਪਿੰਡ ਵਿੱਚ ਇੱਕ ਕਿਸਾਨ ਪਰਿਵਾਰ ਵਿੱਚ ਪੈਦਾ ਹੋਏ ਹਰਮਨਪ੍ਰੀਤ ਸਿੰਘ ਦੇ ਡਰੈਗ ਫਲਿਕਰ ਬਣਨ ਦਾ ਸਫ਼ਰ ਵੀ ਕਾਫੀ ਦਿਲਚਸਪ ਨਜ਼ਰ ਆਉਂਦਾ ਹੈ। ਉਹ ਬਚਪਨ ਵਿੱਚ ਆਪਣੇ ਘਰਦਿਆਂ ਨਾਲ ਖੇਤੀਬਾੜੀ ਕਰਦੇ ਸਨ ਅਤੇ ਲਗਭਗ 10 ਸਾਲ ਦੀ ਉਮਰ ਤੱਕ ਪਹੁੰਚਦਿਆਂ ਉਹਨਾਂ ਨੂੰ ਖੇਤੀਬਾੜੀ ਵਾਲੇ ਭਾਰੀ ਵਾਹਨ ਚਲਾਉਣ ਦਾ ਵੀ ਤਜਰਬਾ ਹੋਣਾ ਸ਼ੁਰੂ ਹੋ ਗਿਆ ਸੀ। ਖੇਤੀਬਾੜੀ ਵਿੱਚ ਵਰਤੇ ਜਾਂਦੇ ਵਾਹਨਾਂ ਦੇ ਗੀਅਰ ਕਾਫੀ ਸਖਤ ਹੁੰਦੇ ਨੇ ਅਤੇ ਇਹਨਾਂ ਨੂੰ ਵਰਤਣ ਲਈ ਕਾਫੀ ਮਜ਼ਬੂਤੀ ਵਾਲੇ ਹੱਥਾਂ ਦਾ ਹੋਣਾ ਜ਼ਰੂਰੀ ਹੈ। ਅਤੇ ਇਸੇ ਤਰ੍ਹਾਂ ਹਰਮਨਪ੍ਰੀਤ ਸਿੰਘ ਨੇ ਜਦੋਂ ਉਹਨਾਂ ਗੇਅਰਾਂ ਦੇ ਉੱਪਰ ਹੱਥ ਅਜ਼ਮਾਏ ਤਾਂ ਹੌਲੀ ਹੌਲੀ ਇਸ ਮਜ਼ਬੂਤੀ ਨੂੰ ਡਰੈਗ ਫਲਿਕਰ ਬਣਨ ਵਾਲੇ ਰਾਹ ਉੱਤੇ ਵੀ ਉਹਨਾਂ ਵਰਤਿਆ। 15 ਸਾਲ ਦੀ ਉਮਰ ਤੱਕ ਪਹੁੰਚਣ ਉੱਤੇ ਹਰਮਨਪ੍ਰੀਤ ਸਿੰਘ ਦੇ ਪਿਤਾ ਨੇ ਉਹਨਾਂ ਦੇ ਹਾਕੀ ਦੇ ਸ਼ੌਕ ਨੂੰ ਦਿਸ਼ਾ ਦੇਣ ਲਈ ਜਲੰਧਰ ਦੀ ਸੁਰਜੀਤ ਹਾਕੀ ਸਟੇਡੀਅਮ ਵਿੱਚ ਉਹਨਾਂ ਦੀ ਭਰਤੀ ਕਰਵਾਈ। ਇੱਥੇ ਹੀ ਪੈਨਲਟੀ ਕਾਰਨਰ ਮਾਹਿਰਾਂ ਦੀ ਦੇਖ ਰੇਖ ਹੇਠ ਹਰਮਨਪ੍ਰੀਤ ਸਿੰਘ ਦੇ ਹੱਥਾਂ ਦੀ ਤਾਕਤ ਨੂੰ ਡਰੈਗ ਫਲਿਕ ਵਿੱਚ ਇਸਤੇਮਾਲ ਕਰਨ ਦੀ ਰਣਨੀਤੀ ਬਣਾਈ ਗਈ, ਜੋ ਕਿ ਬੇਹੱਦ ਕਾਮਯਾਬ ਸਾਬਤ ਹੋਈ। ਹਰਮਨਪ੍ਰੀਤ ਸਿੰਘ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਆਮ ਨਾਲੋਂ ਜ਼ਿਆਦਾ ਭਾਰ ਵਾਲੀਆਂ ਗੇਂਦਾਂ ਨਾਲ ਟ੍ਰੇਨਿੰਗ ਕਰਦੇ ਹੋਏ ਪੱਕੇ ਹੋਏ ਨੇ ਅਤੇ ਇਸੇ ਸਦਕਾ ਇੱਕ ਸ਼ਾਨਦਾਰ ਡਰੈਗ ਫਲਿਕਰ ਖਿਡਾਰੀ ਵਜੋਂ ਉੱਭਰੇ ਨੇ। ਭਾਰਤੀ ਜੂਨੀਅਰ ਹਾਕੀ ਟੀਮ ਦੇ ਸਾਬਕਾ ਕੋਚ ਹਰਿੰਦਰ ਸਿੰਘ ਨੇ ਅੱਜ ਤੋਂ ਕਈ ਸਾਲ ਪਹਿਲਾਂ ਹੀ ਇਹ ਕਹਿ ਦਿੱਤਾ ਸੀ ਕਿ ਆਉਂਦੇ ਸਾਲਾਂ ਦੌਰਾਨ ਹਰਮਨਪ੍ਰੀਤ ਸਿੰਘ ਦੁਨੀਆ ਦੇ ਸਰਬੋਤਮ ਡਰੈਗ ਫਲਿਕਰ ਖਿਡਾਰੀਆਂ ਵਿੱਚੋਂ ਇੱਕ ਨਜ਼ਰ ਆਉਣਗੇ। ਇਸ ਤੋਂ ਬਾਅਦ ਸਾਲ 2016 ਤੱਕ ਹਰਮਨਪ੍ਰੀਤ ਸਿੰਘ ਨੂੰ ਜੂਨੀਅਰ ਟੀਮ ਤੋਂ ਬਾਅਦ ਭਾਰਤ ਦੀ ਪ੍ਰਮੁੱਖ ਸੀਨੀਅਰ ਟੀਮ ਵਿੱਚ ਵੀ ਖੇਡਣ ਦਾ ਮੌਕਾ ਮਿਲਣਾ ਸ਼ੁਰੂ ਹੋਇਆ ਅਤੇ ਉਦੋਂ ਤੋਂ ਬਾਅਦ ਹਰਮਨਪ੍ਰੀਤ ਸਿੰਘ ਨੇ ਲਗਾਤਾਰ ਟੀਮ ਵਿੱਚ ਆਪਣਾ ਇੱਕ ਵੱਖਰਾ ਮੁਕਾਮ ਸਥਾਪਿਤ ਕੀਤਾ ਅਤੇ ਇਨ੍ਹੀਂ ਦਿਨੀ ਉਹ ਟੀਮ ਦੇ ਕਪਤਾਨ ਵਜੋਂ ਬੇਮਿਸਾਲ ਅਗਵਾਈ ਦਿੰਦੇ ਹੋਏ ਨਜ਼ਰ ਆਉਂਦੇ ਨੇ।